ਜਗਬਾਣੀ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਵਰੁਣ ਭੱਟ। ਪੰਜਾਬ ਦੇ ਵਿੱਚ ਸਿਆਸੀ ਮਾਹੌਲ ਜਿਹੜਾ ਹੈਗਾ, ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਨੂੰ ਲੈ ਕੇ, ਕਾਫੀ ਭਖਿਆ ਹੋਇਆ ਹੈਗਾ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਪ੍ਰਿੰਸੀਪਲ ਬੁੱਧਰਾਮ ਜੀ ਮੌਜੂਦ ਨੇ, ਗੱਲਬਾਤ ਕਰਾਂਗੇ। ਪ੍ਰਿੰਸੀਪਲ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਸ ਤਰੀਕੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਲਗਾਤਾਰ CM ਸਾਹਿਬ ਕਹਿੰਦੇ ਨਜ਼ਰ ਆ ਰਹੇ ਨੇ ਕਿ 13 ਦੀਆਂ 13 ਸੀਟਾਂ ਲੋਕ ਸਭਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਰਹੀ ਹੈ। ਦੇਖੋ ਜੀ, ਆਮ ਆਦਮੀ ਪਾਰਟੀ ਦੀ ਸਟ੍ਰੈਟੇਜੀ ਦੂਜੇ ਨਾਲ ਅਲੱਗ ਹੈ। ਅਸੀਂ ਜਦੋਂ ਕੋਈ ਇਲੈਕਸ਼ਨ ਆਉਂਦੀਆਂ ਉਦੋਂ ਤਿਆਰੀ ਨਹੀਂ ਕਰਦੇ। ਸਾਡੀਆਂ ਜਦੋਂ ਅਸੀਂ 16 ਮਾਰਚ ਨੂੰ ਮਲਬਾਈ ਦੇ ਵਿੱਚ ਸਹੁੰ ਚੁੱਕੀ ਸੀ, ਉਸ ਤੋਂ ਲੈ ਕੇ ਹੁਣ ਤੱਕ ਲਗਾਤਾਰ ਤਿਆਰੀ ਦੇ ਵਿੱਚ ਆ ਸਾਰੇ ਬੰਦੇ। ਕਿਤੇ ਕੋਈ ਘਟਨਾ ਹੋ ਰਹੀ ਹੈ, ਕਿਤੇ ਕੋਈ ਵਿਕਾਸ ਹੋ ਰਿਹਾ, ਕਿਤੇ ਕੋਈ ਵਿਕਾਸ ਹੋ ਰਿਹਾ, ਕਿਤੇ ਕੋਈ ਵਿਕਾਸ ਹੋ ਰਿਹਾ। ਸੋ ਸਾਡੀ ਹੈ ਜਿਹੜੀ ਹੁਣ ਕੋਈ ਤਿਆਰੀ ਸਪੈਸ਼ਲ ਨਹੀਂ ਹੈ, ਲਗਾਤਾਰ 2 ਸਾਲ ਤੋਂ ਹੀ ਤਿਆਰੀਆਂ ਨੇ। ਤੋ 13 ਸੀਟਾਂ ਦੇ ਸਾਡੀ ਹਰੇਕ, ਮਤਲਬ ਸਾਡਾ ਜਿਹੜਾ ਸੰਗਠਨ ਹੈ ਉਹ ਅਸੀਂ ਦੁਬਾਰਾ ਫਿਰ ਰਿਵਿਊ ਕਰਕੇ, ਤੁਹਾਨੂੰ ਪਤਾ ਹੀ ਹੈ ਵੀ ਹੋਰ ਅਸੀਂ ਬੰਦੇ ਕਾਫੀ ਬੰਦੇ ਲਾਏ ਨੇ, ਸਾਡਾ ਸੰਗਠਨ ਬਹੁਤ ਮਜ਼ਬੂਤ ਹੈ ਔਰ ਬੂਥ ਲੈਵਲ ਤੱਕ ਸਾਡਾ ਸੰਗਠਨ ਮਜ਼ਬੂਤ ਹੈ। ਬੂਥ ਲੈਵਲ ਤੱਕ ਸਾਡੀ ਪਹਿਲੀ ਪਾਰਟੀ ਜਿਹੜੀ ਡਿਸਿਪਲਡ ਪਾਰਟੀ ਹੈ ਔਰ ਬੂਥ ਲੈਵਲ ਤੱਕ ਉਹਨਾਂ ਦੇ ਵਰਕਰ ਕੰਮ ਕਰ ਰਹੇ ਜੀ। ਜਦੋਂ ਤੁਹਾਨੂੰ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ, ਉਦੋਂ ਆਪਾਂ ਤੁਹਾਡੇ ਨਾਲ ਇੰਟਰਵਿਊ ਕੀਤਾ ਸੀ, ਉਸ ਟਾਈਮ ਤੁਸੀਂ ਕਿਹਾ ਸੀ ਕਿ ਥੋੜ੍ਹਾ ਸਮਾਂ ਦਿਓ, ਸੰਗਠਨ ਨੂੰ ਕਿਸ ਤਰੀਕੇ ਨਾਲ ਹੋਰ ਮਜ਼ਬੂਤ ਕਰਨਾ, ਜੋ ਲੋਕ ਥੋੜ੍ਹੇ ਘਰ ਬਹਿ ਗਏ ਜਾਂ ਨਾਰਾਜ਼ ਹੋ ਗਏ ਉਹਨਾਂ ਨੂੰ ਵੀ ਮਨਾਵਾਂਗੇ। ਉਹ ਰਿਪੋਰਟ ਕੀ ਕਹਿੰਦੀ ਹੈਗੀ ਹੈ, ਕਿੰਨੇ ਕੁ ਲੋਕ ਜਿਹੜੇ ਹਨ ਜਿਹੜੇ ਨਾਰਾਜ਼ ਹੋ ਗਏ ਸੀ ਉਹਨਾਂ ਨੂੰ ਵਾਪਸ ਲੈ ਆਏ, ਜਾਂ ਕਿਸ ਤਰੀਕੇ ਦਾ ਗਰਾਊਂਡ 'ਤੇ ਜਿਹੜਾ ਹੈਗਾ ਤੁਹਾਡੇ ਨਾਲ ਚਰਚਾ ਕਰ ਰਹੇ ਨੇ ਲੋਕ, ਜਿਹੜਾ ਤੁਹਾਡਾ ਪੁਰਾਣਾ ਕਾਡਰ ਆ, ਕਿਉਂਕਿ ਉਹ ਅੱਜ ਕੱਲ੍ਹ ਨਾ ਚੰਡੀਗੜ੍ਹ ਦੇਖਦਾ ਨਾ ਆਪਣੇ ਹਲਕਿਆਂ 'ਚ ਦੇਖਦਾ? ਨਹੀਂ ਨਹੀਂ, ਪੁਰਾਣਾ ਕਾਡਰ ਆ ਬੈਠਾ ਜੀ, ਗੁਰਮੇਲ ਸਿੰਘ ਸਿੱਧੂ ਸਾਡਾ ਪੁਰਾਣਾ ਕਾਡਰ ਹੈ, ਆ ਬੈਠੇ ਨਾਲ ਨੇ ਸਾਡੇ, ਕੋਈ ਜੀ ਗੱਲ ਨਹੀਂ ਹੈ। ਦੇਖੋ, ਅਸੀਂ ਤੁਹਾਨੂੰ ਦੱਸਿਆ ਸੀ ਅਸੀਂ ਲਗਾਤਾਰ ਲੱਗੇ ਹੋਏ ਸੀ, ਜਿੱਥੇ ਉੱਥੇ ਕਿਸੇ ਨੇ ਕੰਮ ਕੀਤਾ, ਕਿਸੇ ਨੇ ਵੱਧ ਕੀਤਾ, ਅੱਜ ਉਹਨੂੰ ਅਸੀਂ ਮਤਲਬ ਨਾ ਉਹਦੇ ਦੇ ਰਹੇ ਹਾਂ, ਹੁਣ ਮਾਨ ਸਨਮਾਨ ਦੇ ਰਹੇ ਹਾਂ। ਹੁਣ ਲਿਸਟਾਂ ਨਿਕਲੀਆਂ ਨੇ, ਲਿਸਟਾਂ ਹੋਰ ਵੀ ਆਉਣਗੀਆਂ, ਉਹ ਤਾਂ ਵਰਕਰ ਦੀ ਗੱਲ ਹੈ। ਬਾਕੀ ਰਹੀ ਗੱਲ ਜਿਹੜੀ ਗੱਲ ਹੈ ਨਾ ਜੀ, ਉਹ ਲੋਕਾਂ ਦੇ ਸਰਕਾਰ ਦਾ ਕੰਮ ਦੇਖਦੀ ਹੈ, ਪਹਿਲਾਂ ਸਰਕਾਰ ਦਾ ਕੁਛ ਵੀ ਸੀ, ਹੁਣ 2 ਸਾਲ ਹੋ ਗਏ ਸਾਡਾ ਕੰਮ ਦੇਖਦੀ ਔਰ ਕੰਮ ਇੰਨੇ ਜ਼ਬਰਦਸਤ ਨੇ। ਤੁਸੀਂ ਪਿਛਲੇ ਅਕਾਲੀ ਜਿਵੇਂ ਹੁਣ ਮਜੀਠੀਆ ਸਾਹਿਬ ਨੇ ਕਹਿੰਦੇ ਟਵੀਟ ਕੀਤਾ, ਤੁਸੀਂ ਸਵਾਲ 'ਤੇ ਆਉਣ ਲੱਗਿਆ ਸੀਗਾ, ਬਿਲਕੁਲ ਹਾਂ, ਉਹ ਕਹਿੰਦੇ ਜੀ ਕਿ ਸਿੱਖਿਆ ਜਾ ਕੀ ਫਰਕ ਹੈ, ਫਰਕ ਕਿਉਂ ਨਹੀਂ ਹੈਗਾ? ਮੇਰੇ ਹਲਕੇ ਦੇ ਵਿੱਚ 3,45,55,000 ਦੀਆਂ ਇਕੱਲੀਆਂ ਮਤਲਬ ਜਿਹੜੀਆਂ ਹੈਗੀਆਂ 4 ਦੀਵਾਰੀਆਂ ਜਿੱਥੇ ਹੈ ਨਹੀਂ ਸੀ, ਜਿੱਥੇ ਪਸ਼ੂ ਫਿਰਦੇ ਹੁੰਦੇ ਆ ਮਤਲਬ ਸਕੂਲਾਂ ਦੇ ਵਿੱਚ, ਸਾਰੀਆਂ ਬਣਾਤੀਆਂ ਜੀ ਅਸੀਂ। ਔਰ 1 ਕਰੋੜ, ਇੱਕ ਹਲਕੇ ਦੀ ਗੱਲ ਕਰਦਾ, 1,60,00,000 ਦੇ ਮੇਰੇ ਹਲਕੇ ਦੇ ਵਿੱਚ ਇਕੱਲੇ ਰਿਪੇਅਰ ਦੇ ਕੰਮ ਆਏ ਨੇ, ਬਾਈ ਕਮਰੇ ਅੱਡ ਆ ਰਹੇ ਨੇ। ਇੱਕ ਵੀ ਹਾਈ ਸਕੂਲ ਇਹੋ ਜਿਹਾ ਨਹੀਂ ਹੈਗਾ, ਮਤਲਬ ਸੀਨੀਅਰ ਸੈਕੰਡਰੀ ਸਕੂਲ ਜਾਂ ਹਾਈ ਸਕੂਲ, ਜਿੱਥੇ ਮਾਸਟਰ ਕਾਡਰ ਦੀ ਹੇਠਾਂ JBD ਪੋਸਟ ਕੋਈ ਫਿਲ ਨਹੀਂ ਕੀਤੀ ਹੈਗੀ, ਸਾਰੀਆਂ ਪੂਰੀਆਂ ਨੇ। ਬਿਲਡਿੰਗਾਂ ਪੱਖੋਂ ਜਾ ਕੇ ਦੇਖੋ ਵਰਕੜੇ ਪਏ ਨੇ, ਇਹ ਟੀਚਰ ਪੂਰੇ ਨੇ। ਇਸ ਤੋਂ ਬਾਅਦ ਅਗਲੇ ਵਾਰੀ ਸਾਡੇ ਲੈਕਚਰ ਅਤੇ ਪ੍ਰਿੰਸੀਪਲ ਕਾਡਰ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ। ਸੋ ਇਸ ਕਰਕੇ ਕੰਮ ਕਿਉਂ ਨਹੀਂ ਹੁੰਦਾ ਜੀ, ਕੰਮ ਤਾਂ ਕੰਮ ਕਰਨ ਦੀ ਹੈ, ਜਾ ਕੇ ਦੇਖੋ ਪੜ੍ਹਾਈ ਹੋ ਰਹੀ ਹੈ ਹਰੇਕ। ਮੈਂ ਦੁਆਬੇ ਦੇ ਵਿੱਚ ਮਾਝੇ 'ਚ ਮੈਂ ਜਦੋਂ ਪ੍ਰਿੰਸੀਪਲ ਸੀ, ਮੈਂ ਜਾਂਦਾ ਰਿਹਾ ਉੱਥੇ, 3-3 ਪਿੰਡਾਂ 'ਚ 1 ਸਕੂਲ ਸੀ ਜੀ, 1 ਟੀਚਰ। ਅੱਜ ਹਰੇਕ ਪਿੰਡ ਦੇ ਵਿੱਚ ਸਾਡੇ ਜਿਹੜੇ 2-2 ਟੀਚਰ, ਕਿਤੇ 2-3 ਟੀਚਰ ਸਾਡੇ ਹਰੇਕ ਸਕੂਲ ਦੇ ਵਿੱਚ ਨੇ ਜੀ, ਭਾਵੇਂ ਦੁਆਬੇ ਦੇ ਵਿੱਚ ਬੰਦੇ ਬਾਹਰ ਜ਼ਿਆਦਾ ਹੋ ਗਏ, ਇਸ ਕਰਕੇ ਉਹਨਾਂ ਦਾ ਕੋਈ ਕੰਮ ਪੜ੍ਹਾਈ ਕਰਨੀ ਨਹੀਂ। ਜਿੰਨਾ ਸਾਡਾ ਮਾਲਵੇ ਦੇ ਵਿੱਚ ਵਧੀਆ ਕੰਮ ਹੈ, ਮਾਲਵੇ ਦੇ ਵਿੱਚ ਸਾਡੇ ਹੁਣ ਜਾਣ ਲੱਗੇ ਨੇ, ਪਰ ਪੜ੍ਹਾਈ ਕਰਨੀ ਬਹੁਤ ਉਹ ਹੈ। ਇਸ ਕਰਕੇ ਜਿੰਨੀਆਂ ਵੀ ਹੁਣ ਪੋਸਟਾਂ ਨਿਕਲਦੀਆਂ ਨੇ ਅਧਿਆਪਕਾਂ ਦੀਆਂ, ਪੁਲਿਸਮੈਨ ਦੀਆਂ, ਬਿਜਲੀ ਬੋਰਡ ਦੇ ਵਿੱਚ ਕਲਰਕਾਂ ਦੀਆਂ, ਸਾਡੇ ਮਾਲਵੇ ਦੇ ਬੰਦੇ ਬਹੁਤ ਸਿਲੈਕਟ ਹੁੰਦੇ ਨੇ, ਕਿਉਂਕਿ ਉੱਥੇ ਸਾਡਾ ਜੇ ਰੁਝਾਨ ਘੱਟ ਹੈਗਾ ਜਾਣ ਦਾ ਬਾਹਰ, ਅਤੇ ਹੁਣ ਹੋਰ ਘੱਟ ਗਿਆ ਉੱਥੇ ਰੁਝਾਨ ਵਿਦੇਸ਼ ਜਾਣ ਦਾ, ਕਿਉਂਕਿ ਸਾਡੇ ਉੱਥੇ ਪੋਸਟਾਂ ਬਹੁਤ ਖਾਲੀ ਸੀਆਂ ਔਰ ਸਾਰੀਆਂ ਮਤਲਬ ਲੋਕਾਂ ਨੇ ਬਹੁਤ ਨੌਕਰੀਆਂ ਮਿਲ ਰਹੀਆਂ ਨੇ। ਔਰ ਹੈਲਥ ਵਿੱਚ ਦੇਖੋ, 26 ਜਨਵਰੀ ਤੋਂ ਬਾਅਦ 1 ਵੀ ਸਬ ਡਿਵੀਜ਼ਨ ਦਾ ਅਤੇ ਡਿਸਟ੍ਰਿਕਟ ਲੈਵਲ ਦਾ ਇਹੋ ਜਿਹਾ ਹੋਸਪਿਟਲ ਨਹੀਂ ਹੈ ਜਿੱਥੇ ਦਵਾਈ ਕੋਈ ਬਾਹਰ ਲੈਣੀ ਪਵੇ। ਇਨਕਲਾਬ ਨਹੀਂ, ਹੋਰ ਕੀ ਹੈ? ਮਜੀਠੀਆ ਸਾਹਿਬ ਤੋਂ ਪੁੱਛੋ, ਤੁਸੀਂ 10 ਸਾਲ ਰਾਜ ਕੀਤਾ ਯਾਰ, ਤੁਸੀਂ ਕੀ ਕੀਤਾ? ਤੁਹਾਡਾ ਵਿਜ਼ਨ ਕੀ ਸੀ? ਸੜਕ ਸੁਰੱਖਿਆ ਫੋਰਸ ਬਣਾਈ ਹੈ ਤੁਸੀਂ, ਜਿਹੜੇ ਤੁਹਾਡੇ ਟਰਾਂਸਪੋਰਟ ਪੋਲਿਸੀ ਕੀ ਕਹਿੰਦੀ ਹੈ? ਤੁਹਾਡੀ ਬੰਦੇ ਨੇ ਬਚਾਅ ਨੂੰ ਹਰ ਰੋਜ਼ 10-15 ਬੰਦੇ ਡੇਲੀ ਮਰਦੇ ਸੀਗੇ, ਠੀਕ ਹੈ ਨਾ, ਪਰ ਉਹਨੂੰ ਘਟਾਉਣ ਵਾਸਤੇ ਤੁਸੀਂ ਕੋਈ ਕੀਤਾ ਕੁਛ? ਮਾਨ ਸਾਹਿਬ ਨੇ 5,000 ਬੰਦੇ ਲਾਤੇ, 144 ਹੀਲੈਕਸ ਗੱਡੀਆਂ ਲਿਆਉਂਦੀਆਂ, ਅੱਜ ਕੰਮ ਕਰ ਰਹੀਆਂ ਜੀ। ਵਿਜ਼ਨ ਤਾਂ ਦੇਖੋ ਨਾ ਤੁਸੀਂ,
ਕੰਮ ਤਾਂ ਹੋਊਗਾ ਜਦੋਂ ਜਦੋਂ ਨੇੜੇ ਦੇ ਹੋਸਪਿਟਲ ਜਾਓਗੇ। ਔਰ ਉਹਨਾਂ ਹੋਸਪਿਟਲਾਂ ਪ੍ਰਤੀ ਨੂੰ ਇਹ ਕਹਿਤਾ ਵੀ ਕੋਈ ਪੈਸਾ ਨਹੀਂ ਲਊਗਾ ਉਹ ਬੰਦਾ, ਅਤੇ ਇਹ ਕਿੱਡਾ ਵੱਡਾ ਕੰਮ ਹੈ। ਨੌਕਰੀਆਂ 40,000 ਦੋ ਸਾਲ ਦੇ ਵਿੱਚ, 40,000 ਨੌਕਰੀਆਂ ਇਹਨਾਂ ਦੇ 2000 15-20 ਸਾਲ ਦਿੱਤੀਆਂ ਇਹਨਾਂ ਨੇ, ਅਸੀਂ 2 ਸਾਲ ਦਿੱਤੀਆਂ ਨੇ, 5 ਸਾਲ ਜੋ ਕਿੰਨਾ ਹੋਊਗਾ। ਬਿਜਲੀ ਦੇ ਬਿੱਲ ਫਰੀ ਹੋ ਰਹੇ ਨੇ, ਹਰੇਕ ਜ਼ਿਮੀਦਾਰ ਜਨ ਕਟਕੇ ਦਾ ਬੰਦਾ ਅੱਜ ਉਹਦੇ 4-5 ਹਜ਼ਾਰ ਰੁਪਏ ਘਰ ਬਚਦਾ। ਉਹ ਕਹਿੰਦੇ ਅਸੀਂ ਬਹੁਤ ਸੌਖੀ ਹਾਂ। ਸਾਨੂੰ ਵੱਡਾ ਜਿਹੜਾ ਹੋਇਆ ਕਿ ਹਰੇ ਜਿਹੜਾ ਅਸੀਂ ਅੰਡਰਗਰਾਊਂਡ ਪਾਇਪ ਪਾ ਰਹੇ ਹਾਂ ਹਰੇਕ ਮੋਗਿਆਂ ਦੇ ਉੱਤੇ, ਜਸਟ ਲਾਈਕ ਮੇਰੇ ਉਦਾਹਰਨ ਦਿਓ, ਮੇਰੇ ਹਲਕੀ ਦੇਖ ਲਓ, 257 ਮੋਗਿਆਂ ਦੀ ਸ਼ਨਾਖਤ ਕੀਤੀ ਹੈ ਪਹਿਲੇ ਸਾਲ ਦੇ ਵਿੱਚ, ਉਹ 33 ਮੋਗਿਆਂ ਦਾ ਪੈ ਗਿਆ, 66 ਮੋਗਿਆਂ ਦੇ ਕੀ ਪੈ ਰਿਹਾ। ਅਸੀਂ 2 ਸਾਲ ਦੇ ਵਿੱਚ ਸਾਰੇ ਮੋਗਿਆਂ ਨੂੰ ਅੰਡਰਗਰਾਊਂਡ ਪਾਈਪਾਂ ਰਾਹੀਂ ਸਿੰਚਾਈ ਨਾਲ ਦੂਰ ਕਰ ਦਾਂਗੇ। ਔਰ ਇੰਨਾ ਪਾਣੀ ਆ ਰਿਹਾ ਨਹਿਰਾਂ ਦੇ ਵਿੱਚ, ਸੂਹਿਆਂ ਦੇ ਵਿੱਚ, ਤੁਸੀਂ ਹੈਰਾਨ ਬਣ ਜਾਓਗੇ ਵੀ ਕਿਤੇ ਹੋ ਸਕਦਾ ਇਹ। ਔਰ ਵੱਡੀ ਗੱਲ ਕਿ ਸਾਰੀ ਰਾਤ ਬਿਜਲੀ ਰਹਿੰਦੀ ਹੈ, ਲੋਕ ਬੰਦ ਕਰ ਜਾਂਦੇ ਨੇ ਆਪਣੀ ਮੋਟਰ ਨੂੰ, ਇਹ ਯਾਰ ਇਨਕਲਾਬ ਨਹੀਂ ਹੋਰ ਕੀ ਬਦਲਾਅ ਹੋ ਗਈ ਹੈ, ਦਵਾਈ ਮਿਲਣ ਲੱਗ ਗਈ, ਬਦਲਾਈ ਹੈ ਜੀ ਬਿਲਕੁਲ। ਇੱਕ ਵਾਰੀ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਕੈਮਰਾ ਕਲੋਜ਼ ਕਰਕੇ ਜ਼ਰੂਰ ਇੱਕ ਵਾਰੀ ਟਵੀਟ ਦਿਖਾਉਣ। ਇਹਨਾਂ ਨੇ ਨਹੀਂ ਨਹੀਂ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਆ ਤੁਸੀਂ ਵੀ ਦੇਖ ਸਕਦੇ ਹੋ ਟਵੀਟ, ਇਹਦੇ ਵਿੱਚ ਹਾਂ ਦੇਸ਼ ਦੀ ਸਿੱਖਿਆ ਪ੍ਰਣਾਲੀ ਠੀਕ ਕਰੋ, ਮਤਲਬ ਜੋ ਕੇਜਰੀਵਾਲ ਸਾਹਿਬ ਉਹੀ ਮਤਲਬ ਉਹ ਇਹੀ ਚੀਜ਼ਾਂ ਕਹਿ ਰਹੇ ਨੇ ਕਿ ਵੀ ਮੈਂ ਸਿਆਸਤ ਛੱਡ ਦੇਵਾਂਗਾ। ਹੁਣ ਅੱਜ CM ਸਾਹਿਬ ਨੇ ਮੀਟਿੰਗ ਕੀਤੀ ਡਿਪਟੀ ਕਮਿਸ਼ਨਰਾਂ ਨਾਲ, ਅਤੇ ਤੁਸੀਂ ਵੀ ਇਸ ਮੀਟਿੰਗ ਦੇ ਵਿੱਚ ਸੀਗੇ, ਅਤੇ ਮਤਲਬ ਤੁਸੀਂ ਬਾਅਦ 'ਚ ਮਿਲੇ ਹੈਗੇ, ਮਤਲਬ ਤੁਸੀਂ ਵੀ ਪੰਜਾਬ ਭਵਨ 'ਚ ਮੌਜੂਦ ਹੈਗੇ ਹੋ, ਤਾਂ ਮਤਲਬ ਜਿਸ ਤਰੀਕੇ ਨਾਲ ਤੁਸੀਂ ਪੂਰੇ ਪੰਜਾਬ ਦੇ ਵਿੱਚ ਦੌਰਾ ਕਰ ਰਹੇ ਹੋ ਚਾਹੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ, ਉਹ ਵੀ ਤੁਹਾਨੂੰ ਦੱਸ ਰਹੇ ਨੇ ਕਿ ਕੀ ਦਿੱਕਤਾਂ ਨੇ, ਜਾਂ ਪਾਰਟੀ ਦੇ ਵਰਕਰ ਦੱਸ ਰਹੇ ਨੇ ਕਿ ਇੱਥੇ ਆਹ ਚੀਜ਼ ਹੋਣ ਵਾਲੀ ਹੈ, ਇੰਨੇ ਸਾਲ ਤੁਰੇ ਆਹ ਨਹੀਂ ਹੋਇਆ, ਕਿ ਤੁਸੀਂ ਵੀ ਕੁਛ ਇੱਕ ਰਿਪੋਰਟ ਆਪਣੇ ਵੱਲੋਂ CM ਸਾਹਿਬ ਨੂੰ ਦਿੱਤੀ ਕਿ ਇਹ ਚੀਜ਼ਾਂ ਕਰੋ, ਅਤੇ ਜਿਵੇਂ ਅੱਜ CM ਸਾਹਿਬ ਨੇ ਵੀ ਕਿਹਾ ਕਿ ਫੰਡ ਕਾਫੀ ਪੈਂਡਿੰਗ ਪਏ ਨੇ ਅਤੇ ਐਡਵਾਂਸ ਦੇ ਦਿੱਤਾ ਕਈ ਥਾਵਾਂ 'ਤੇ, ਜਿਵੇਂ ਪਹਿਲਾਂ ਲੇਟ ਹੁੰਦਾ ਸੀ, ਟੈਂਡਰ ਲੇਟ ਹੁੰਦੇ ਸੀ, ਕੰਮ ਲੇਟ ਹੋ ਜਾਂਦਾ ਸੀ, ਅਤੇ ਹੁਣ ਐਡਵਾਂਸ ਪੇਮੈਂਟ ਦੇ ਦਿੱਤੀ ਹੈ ਕਿ ਕਿਤੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ। ਨਹੀਂ ਬਿਲਕੁਲ, ਸਾਨੂੰ CM ਸਾਹਿਬ ਹਰ 15-20 ਦਿਨ ਮਹੀਨੇ ਦੇ ਵਿੱਚ ਸਾਡੀ ਕੋਈ ਨਾ ਮੀਟਿੰਗ ਲੈਂਦੇ ਸਾਰੇ ਕਿਸੇ ਨਾ ਪ੍ਰੋਗਰਾਮ ਦੇ ਕਰਕੇ, ਭਾਵੇਂ ਘਰ ਕੋਈ ਕੁੜੀ ਖੁਸ਼ੀ ਦਾ ਕੰਮ ਹੈ, ਭਾਵੇਂ ਖੰਡ ਪਾਠ ਦਾ ਕੰਮ ਹੈ, ਅਸੀਂ ਦੱਸਦੇ ਹਾਂ ਗੱਲ। ਅੱਜ ਮੈਂ ਹੁਣ ਮੈਂ ਮਿਲਿਆ CM ਸਾਹਿਬ ਨੂੰ, ਮੈਂ ਦੱਸ ਕੇ ਹਟਿਆ ਉਹਦੇ ਇੱਕ ਦੋ ਮੰਗਾਂ ਸੀ ਜਿਹੜੀਆਂ ਮੇਰੇ ਹਲਕੇ ਦੀਆਂ, ਪੰਜਾਬ ਦੀਆਂ ਮੰਗਾਂ ਸੀ, ਦੱਸ ਕੇ ਹਟਿਆ। ਉਹ ਖੁਸ਼ ਹੁੰਦੇ ਇਸ ਗੱਲ ਨੂੰ ਵੀ ਸਾਨੂੰ ਪੰਜਾਬ ਦੀ ਮੰਗ ਲੈ ਕੇ ਆਓ, ਠੀਕ ਹੈ, ਪਰਸਨਲ ਮੰਗਾਂ ਭਾਵੇਂ ਕੁਛ ਵੀ ਹੋਣ, ਪਰ ਜਦੋਂ ਪੰਜਾਬ ਦੀ ਮੰਗ ਲੈ ਕੇ ਜਾਂਦੇ ਹਾਂ ਤਾਂ ਖੁਸ਼ ਹੁੰਦੇ ਆ ਬੰਦੇ ਉਹ। ਸੋ ਇਹ ਗੱਲ ਨਹੀਂ ਹੈ, ਉਹ ਤਾਂ ਕਿਤੇ ਬੋਲੇ ਨਹੀਂ ਸੀਗੇ, ਉਹਦਾ ਜੇ ਕੋਈ ਬੁਲਾਉਂਦੇ। ਹੁਣ ਦੇਖੋ DS ਸਾਰੇ DC ਦੀ ਮੀਟਿੰਗ ਹੈ, ਔਰ ਬਰੋਡਲੀ 3-4 ਘੰਟਿਆਂ ਦੀ ਮੀਟਿੰਗ ਹੋਈ ਹੈ, ਹਰੇਕ ਐਸਪੈਕਟ ਤੋਂ DC ਸਾਨੂੰ ਕਿਹਾ ਗਿਆ ਵੀ ਅਸੀਂ ਲੋਕਾਂ ਤੱਕ ਕਿਵੇਂ ਅਸੀਂ ਪਹੁੰਚ ਕਰਨੀ ਹੈ, ਠੀਕ ਹੈ ਜੀ ਗੱਲ। ਉਹ ਤਾਂ ਮੀਟਿੰਗਾਂ ਹੁੰਦੀਆਂ ਪਹਿਲਾਂ, 10-15 ਮਿੰਟ ਬੁਲਾਏ, ਹਾਜ਼ਰੀ ਲਾਈ, ਚਲੋ ਜੀ ਉੱਥੇ। ਉਹਦਾ ਤੁਸੀਂ ਦੇਖਦੇ ਜੇ ਕਿਤੇ ਇਹੀ ਉਹਨਾਂ ਦਾ ਮੁੱਖ ਮੰਤਰੀ ਹੁੰਦਾ ਮੇਰਾ ਜਦੋਂ ਤੁਹਾਨੂੰ ਮਤਲਬ ਸੰਬੋਧਨ ਕਰਦੇ ਨੇ, ਕਿੰਨਾ ਕੁਛ ਤਿਆਰੀ ਹੁੰਦੀ ਸੀ, ਅਤੇ CM ਸਾਹਿਬ ਤਾਂ ਉੱਠ ਕੇ ਆਪ ਆ ਗਏ, ਜਿਹੋ ਜਿਹਾ ਹੈਗਾ ਤੁਹਾਡਾ ਸਟੇਜ, ਉਹੀ ਸਟੇਜ 'ਤੇ ਬੋਲਣ ਲੱਗ ਜਾਂਦੇ ਨੇ ਉਹ। ਸੋ ਲੋਕਾਂ ਦੇਖ ਰਹੇ ਨੇ CM ਸਾਹਿਬ ਦਾ ਵਰਕਿੰਗ, ਸਟੇਟ ਦੀ ਵਰਕਿੰਗ ਇਹ ਮੰਤ ਨੇ ਕੰਮ ਚੱਲ ਰਿਹਾ। ਇਹਨਾਂ ਵਾਂਗੂ ਨਹੀਂ ਹੈ ਵੀ ਕੋਈ ਉਹ ਹੈ, ਤੁਸੀਂ ਗੈਂਗਸਟਰਾਂ ਦੇ ਸੰਬੰਧੀ ਵਿੱਚ ਵੀ ਦੇਖੋ ਅੱਜ ਕਿੰਨੇ ਬੰਦੇ ਅੰਦਰ ਕਰ ਚੁੱਕੇ ਨੇ, ਕਿੰਨੇ ਬੰਦੇ ਇਹਨਾਂ ਦਾ ਮਤਲਬ ਹੋਰ ਕੰਮ ਹੋ ਰਿਹਾ ਇਹਨਾਂ ਦਾ। ਔਰ ਜਿਹੜੇ ਠੱਗੀਆਂ ਚੋਰੀਆਂ ਮਾਰਦੇ ਸੀਗੇ, ਵਿਦੇਸ਼ ਜਾ ਰਹੇ ਸੀ, ਕਿੰਨੇ ਸੀ, ਕਿੰਨੇ ਅੰਦਰ 'ਚ ਫੜ ਕੇ ਜੇਲ੍ਹਾਂ 'ਚ ਕੀਤੇ ਗਏ ਨੇ। ਸੋ ਹੋ ਰਿਹਾ ਜੀ, ਕੋਈ ਗੱਲ ਨਹੀਂ, ਜਿਹੜੇ ਇਸ ਵੱਡੇ ਮਸਲੇ ਸੀ ਉਹਨਾਂ ਦਾ ਸਮਾਂ ਲੱਗੂਗਾ, ਬਾਕੀ ਇਹ ਡਿਵੈਲਪਮੈਂਟ ਦੇ ਕੰਮ ਨੇ ਉਹ ਲਗਾਤਾਰ ਜਾਰੀ ਨੇ। ਉਹੀ ਪਿੰਡ ਨੇ, ਉਹੀ ਟਰਾਂਸਫਾਰਮਰ ਨੇ, ਉਹੀ SDO ਬਿਜਲੀ ਬੋਰਡ ਦਾ ਹੁਣ ਬਿਜਲੀ ਕਿਵੇਂ ਵੱਧ ਬਣਾਉਣਗੀ, ਉਹੀ ਉੱਥੋਂ ਮਤਲਬ ਸਾਡਾ ਜਿਹੜਾ ਹੈਗਾ ਚੇਅਰਮੈਨ ਹੈ, ਅਤੇ ਇਸ ਕਰਕੇ ਬਾਕੀ ਪਿੰਡਾਂ ਦੇ ਵਿੱਚ ਹਰੇਕ ਪਿੰਡ 'ਚ ਕੰਮ ਚੱਲ ਰਿਹਾ, ਸ਼ਹਿਰਾਂ 'ਚ ਹਰੇਕ ਪਿੰਡ 'ਚ ਕੰਮ ਚੱਲ ਰਿਹਾ, ਹੁਣ ਕਿਵੇਂ ਚੱਲ ਪਿਆ ਕਿਉਂਕਿ ਉਹ ਗ੍ਰਾਂਟ ਲੱਗ ਰਹੀ ਹੈ, ਪਹਿਲਾਂ ਖਾ ਲੈਂਦੇ ਸੀਗੇ ਪੈਸੇ, ਫਰਕ ਹੀ ਨਹੀਂ ਹੈ। ਕਿਵੇਂ ਦੇਖਦੇ ਹੋ ਜੋ ਚੰਡੀਗੜ੍ਹ ਦੇ ਵਿੱਚ ਹੋਇਆ ਮੇਅਰ ਦੀ ਇਲੈਕਸ਼ਨ ਦੇ ਵਿੱਚ, ਜ਼ਿੰਮੇਵਾਰੀ ਤੁਹਾਡੇ ਉੱਪਰ ਬਹੁਤ ਵੱਡੀ ਹੈ, ਕਿਸ ਤਰੀਕੇ ਦੀ ਹੈ, ਕਿਵੇਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਵੀ ਇਹੋ ਜਿਹਾ, ਹਾਲਾਂਕਿ CM ਸਾਹਿਬ ਵੀ ਕੱਲ੍ਹ ਪ੍ਰੈਸ ਕਾਨਫਰੰਸ ਕਰ ਰਹੇ ਸੀ, ਰਾਘਵ ਚੱਡਾ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਕਿਵੇਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ? ਨਹੀਂ, ਪੰਜਾਬ 'ਚ ਤਾਂ ਨਹੀਂ ਅਸੀਂ ਕਰ ਦਿੰਦੇ, ਕਿਉਂਕਿ ਪੰਜਾਬ ਸਾਡੇ ਅੰਡਰ ਹੈ, ਪੰਜਾਬ ਦਾ ਮੁੱਖ ਮੰਤਰੀ ਸਾਡਾ ਹੈ, ਪ੍ਰਸ਼ਾਸਨ ਸਾਡਾ ਹੈ, ਅਸੀਂ ਬਿਲਕੁਲ ਲੋਕਤੰਤਰ ਦੇ ਮੁਤਾਬਕ ਪੰਜਾਬ 'ਚ ਕੰਮ ਕਰ ਰਹੇ ਹਾਂ। ਪਰੰਤੂ ਕਿਉਂਕਿ ਇਹ UTC ਸੀ, ਇੱਥੇ BJP ਦਾ ਮਤਲਬ ਗੜ੍ਹ ਮੰਨਿਆ ਜਾਂਦਾ ਹੈ UT, ਅਤੇ ਇਸ ਕਰਕੇ ਇੱਥੇ ਜੋ ਲੋਕਤੰਤਰ ਦੀ ਹੱਤਿਆ ਕੀਤੀ ਹੈ,
ਇਹ ਇੱਕ ਬਹੁਤ ਹੀ ਮਾੜੀ ਗੱਲ ਹੈ, ਨਿੰਦਣਯੋਗ ਕਰ ਪਾਈ ਹੈ। ਅਸੀਂ ਪੂਰਾ ਨਿੰਦਿਆ ਕੀਤੀ ਹੈ ਕੱਲ੍ਹ ਸਾਡੀ ਮੀਟਿੰਗ ਸਾਰੇ MLA ਦੀ। ਸੋ ਜਿਸ ਤਰ੍ਹਾਂ ਦੀ ਇਹ ਗੱਲ ਹੋਈ ਆ, ਪਹਿਲੇ ਵਾਰੀ ਹੋਇਆ ਯਾਰ ਵੀ ਤੁਸੀਂ ਬੈਲਟ ਪੇਪਰ ਆ ਗਏ, 20 ਇੱਕ ਪਾਸੇ ਪਏ ਨੇ, ਕਲੀਅਰ ਜਿੱਤ ਹੈ, ਤੁਸੀਂ ਇਨਵੈਲਟ ਕਰ ਰਹੇ ਹੋ। ਔਰ ਸਾਨੂੰ ਵੱਡੀ ਗੱਲ ਹੈ, ਜਦੋਂ ਉਹਨਾਂ ਦੀ ਗਿਣਤੀ ਹੁੰਦੀ ਹੈ, ਤੁਸੀਂ ਸਾਡਾ ਜਿਹੜੇ ਕੈਂਡੀਡੇਟ ਨੇ ਦੋਨੇ, ਉਹ ਦੋਨੇ ਕੈਂਡੀਡੇਟ ਬਿਠਾਓ ਉੱਥੇ, ਉਹਦਾ ਬੰਦਾ ਬਿਠਾਓ, ਤਾਂ ਇਹ ਪਤਾ ਲੱਗੇ ਵੀ ਜੇ ਇਨਵੈਲਟ ਵੋਟ ਹੈ ਤਾਂ ਕਿਉਂ ਵੋਟ ਹੈ, ਕੀ ਰੋਲ ਤੁਸੀਂ ਦਿੱਤੀ ਹੈ ਇਨਵੈਲਟ ਕਰਨ ਵਾਸਤੇ, ਟਿੱਕ ਮਾਰ ਕਰਤੀ ਵੀ ਹਾਂ ਜੀ ਦੋ ਟਿੱਕਾਂ ਮਾਰੀਆਂ ਨੇ, ਕਹਿਤਾ ਹੋਊ ਨੇ ਕਹਿਤਾ ਹੋਊਗਾ। ਸੋ ਜਾਣ ਬੁੱਝ ਕੇ ਲੁੱਟੀ ਗਈ ਹੈ, ਜਿੱਤੀ ਨਹੀਂ ਹੈ, ਲੁੱਟੀ ਗਈ ਹੈ। ਹਾਈ ਕੋਰਟ 'ਚ ਗਏ ਹਾਂ, ਉਹਨਾਂ ਨੇ 2-3 ਮਹੀਨੇ 3 ਹਫ਼ਤਿਆਂ ਦੀ ਤਰੀਕ ਦਿੱਤੀ ਹੈ, ਪਰੰਤੂ ਸੁਪਰੀਮ ਕੋਰਟ ਜਾ ਰਿਹਾ। ਸੁਖ ਮਾਨ ਸਾਹਿਬ ਨੇ ਹੁਣੀ ਤੁਹਾਡੀ ਮਤਲਬ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਜਲਦੀ ਅਸੀਂ ਹੀਅਰਿੰਗ ਕਰਨ ਵਾਸਤੇ ਸੁਪਰੀਮ ਕੋਰਟ ਜਾਵਾਂਗੇ ਤਾਂ ਜੋ ਹੀਅਰਿੰਗ ਜਲਦੀ ਹੋਵੇ। ਔਰ ਮੈਨੂੰ ਲੱਗਦਾ ਵੀ ਬਿਲਕੁਲ ਇਹ ਕੈਂਸਲ ਹੋਊਗੀ, ਦੁਬਾਰਾ ਫਿਰ ਜਿੱਤ ਕੇ ਸਾਡਾ ਮੇਅਰ ਸਾਡਾ ਬਣੂਗਾ। ਅੱਛਾ ਬੁੱਧਰਾਮ ਜੀ, CM ਸਾਹਿਬ ਇਹ ਚੀਜ਼ ਕਹਿੰਦੇ ਨਜ਼ਰ ਆ ਰਹੇ ਸੀ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਆਮ ਘਰਾਂ ਦੇ ਮੁੰਡੇ ਜਾਂ ਉਸ ਤਰੀਕੇ ਨਾਲ ਦੇਖਣ ਨੂੰ ਮਿਲਣਗੇ, ਅਤੇ ਨੀਚੋ ਦੀ ਰਿਪੋਰਟਾਂ ਵੈਸੇ ਤਿਆਰ ਹੋ ਗਈਆਂ ਹੋਣੀਆਂ, ਸਰਵੇ ਤੁਸੀਂ ਵੀ ਕਰਵਾ ਰਹੇ ਹੋ, ਅਤੇ ਚਲੋ ਫੈਸਲਾ ਆਖਰੀ ਹਾਈ ਕਮਾਨ ਨੇ ਲੈਣਾ, ਪਰ ਆਪਣੇ ਵੱਲੋਂ ਤੁਸੀਂ ਰਿਪੋਰਟਾਂ ਦਿਓਗੇ ਕਿ ਕੈਂਡੀਡੇਟ ਕਿਹੜਾ ਮਜ਼ਬੂਤ ਹੈ ਜਾਂ ਕਿਸ ਤਰੀਕੇ ਨਾਲ ਕਿਹਨੂੰ ਅੱਗੇ ਲਿਆਉਣਾ ਚਾਹੀਦਾ? ਚਰਚਾ ਤਾਂ ਚੱਲ ਹੀ ਰਹੀ ਹੋਣੀ ਪਾਰਟੀ ਦੇ ਵਿੱਚ ਸੰਗਠਨ, ਉਹ ਪ੍ਰੋਸੈਸ ਹੋ ਗਿਆ ਜੀ, ਸਰ ਕੋਲ ਨਹੀਂ ਹੈ, ਉਹ ਸਾਰਾ ਹੋ ਚੁੱਕਿਆ ਪ੍ਰੋਸੈਸ, ਤੁਹਾਡੇ ਵੱਲੋਂ ਫਾਈਨਲ ਹੋ ਚੁੱਕਿਆ ਮੇਰੇ ਵੱਲੋਂ, ਹਾਈ ਕਮਾਂਡ ਵੱਲੋਂ। ਉਹਨਾਂ ਪਤਾ ਜਿੱਦੇ ਕਿਤੇ ਅਨਾਊਂਸ ਕਰਨਾ ਹੋਇਆ ਸੂਟੇਬਲ ਟਾਈਮ 'ਤੇ ਅਨਾਊਂਸ ਕਰ ਦੇਣਗੇ, ਇਸ ਗੱਲ ਨਹੀਂ ਹੈ, ਕਿਉਂਕਿ ਸਾਡੀ ਪੂਰੀ ਤਿਆਰੀ ਹੈ। ਅਸੀਂ ਬੂਥ ਲੈਵਲ ਤੱਕ ਅਸੀਂ ਆਪਦਾ ਜਿਹੜਾ ਢਾਂਚਾ ਬਣਾ ਚੁੱਕਿਆ, ਹੁਣੀ ਅਜੇ ਹੋਰ ਢਾਂਚਾ ਬਣ ਰਿਹਾ, ਅਤੇ ਲਗਭਗ ਸਾਰੇ ਸਾਰੇ ਪੰਜਾਬ ਵੀ ਸਾਡਾ ਰਾਜ ਹੈ, ਸਾਨੂੰ ਬਿਆਨ ਬਣੇ ਸਾਡੇ MLA ਨੇ, ਅਤੇ ਬਹੁਤ ਸਾਰੀਆਂ ਸੀਟਾਂ 'ਤੇ ਅਸੀਂ 9 ਦੇ 9 ਮਤਲਬ MLA ਨੇ, ਬਠਿੰਡਾ ਸੀਟ ਹੈ, ਪਟਿਆਲਾ ਸੀਟ ਹੈ। ਸੋ ਸਾਡਾ ਕੰਮ ਅਸੀਂ ਲੋਕਾਂ ਤੱਕ ਦਿਖਾਵਾਂਗੇ, ਕੋਈ ਪ੍ਰੋਬਲਮ ਨਹੀਂ ਹੈ ਕਿ ਸਾਨੂੰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਅਸੀਂ ਬਿਲਕੁਲ ਜਮਹੂਰੀਅਤ ਤਰੀਕੇ ਨਾਲ ਕਰਕੇ ਸਰਕਾਰ ਆਮ ਆਦਮੀ ਸਰਕਾਰ ਜਿਹੜੇ ਹੈਗੇ ਨੇ, ਜਿੰਨੀਆਂ ਅਸੀਂ ਲੀਟਾਂ ਲੜਾਂਗੇ ਉਨੇ ਸੀਟਾਂ 'ਤੇ ਅਸੀਂ ਆਪਣੇ ਕਾਬਜ਼ ਹੋਵਾਂਗੇ। ਆਖਰੀ ਸਵਾਲ ਹੈ, ਅਲਾਇੰਸ ਨੂੰ ਲੈ ਕੇ ਹੁਣ ਤਾਂ ਕੋਈ ਚਰਚਾ ਨਹੀਂ ਕਿਉਂਕਿ CM ਸਾਹਿਬ ਖੁਦ ਕਹਿ ਚੁੱਕੇ ਨੇ 13-0? ਨਹੀਂ ਦੇਖੋ, ਬਿਲਕੁਲ ਜੋ CM ਸਾਹਿਬ ਕਹਿੰਦੇ ਨੇ ਅਸੀਂ ਉਹਨੂੰ ਮੰਨਾਂਗੇ ਬਿਲਕੁਲ ਜੀ। ਇਹ ਹਾਈ ਕਮਾਂਡ CM ਸਾਹਿਬ ਨੇ ਗੱਲ ਕਰਨੀ ਹੈ, ਜੋ ਸਾਡੀ ਹਾਈ ਕਮਾਂਡ ਹੈ, ਜਿੰਨਾ ਮਤਲਬ ਉਹਨਾਂ ਨੇ ਕੀਤਾ 13-0 ਰਹੂਗੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸਾਡੇ ਨਾਲ ਸਨ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਵਰਕਿੰਗ ਪ੍ਰੈਜ਼ੀਡੈਂਟ ਪ੍ਰਿੰਸੀਪਲ ਬੁੱਧਰਾਮ ਸਾਹਿਬ ਤੌਰ 'ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੰਗਠਨ ਦੇ ਵਿੱਚ ਚਰਚਾ ਪੂਰੀ ਹੋ ਚੁੱਕੀ ਹੈ, ਅਤੇ ਨਾਮ ਵੀ ਲਗਭਗ ਫਾਈਨਲ ਹੋ ਚੁੱਕੇ ਨੇ, ਪਰ ਉਸਦੀ ਅਨਾਊਂਸਮੈਂਟ ਜੋ ਹੈ ਉਹ ਹਾਈ ਕਮਾਨ ਨੇ ਕਰਨਾ ਹੈ। ਜੇਕਰ ਪੰਜਾਬ ਦੇ ਵਿੱਚ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਆਪਣੀ ਸਰਕਾਰ ਵੱਲੋਂ ਹੁਣ ਤੱਕ ਕੀਤੇ ਕੰਮਾਂ ਨੂੰ ਲੈ ਕੇ ਹੀ ਆਮ ਲੋਕਾਂ ਦੇ ਵਿੱਚ ਜਾਣਗੇ, ਤਾਂ ਜੋ 13 ਦੀਆਂ 13 ਲੋਕ ਸਭਾ ਸੀਟਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਸਕੇ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਬਾਣੀ ਲਈ ਵਰਨ ਭੱਟ।